ਅੱਜ ਦੀਆਂ ਖਬਰਾਂ ਵੱਲ ਆਈਏ ਇੱਕ ਟਾਈਮ ਦੇ ਉੱਤੇ ਕੈਲੀਫੋਰਨੀਆ ਦੇ ਸ਼ਹਿਰ ਸੈਨੋਜ਼ੇ ਦੇ ਵਿੱਚ ਗੂਗਲ ਦਾ ਏਡਾ ਵੱਡਾ ਜਿਹੜਾ ਕੰਪਲੈਕਸ ਆ ਉਹ ਬਣਨ ਜਾ ਰਿਹਾ ਸੀ ਜਿਹਨੂੰ ਕਿਹਾ ਜਾ ਰਿਹਾ ਸੀ ਕਿ 19 ਬਿਲੀਅਨ ਡਾਲਰ ਇਸ ਪ੍ਰੋਜੈਕਟ ਦੇ ਉੱਤੇ ਲੱਗਣਗੇ ਤੇ 20 ਹਜ਼ਾਰ ਦੇ ਕਰੀਬ ਜੋਬਸ ਕ੍ਰੀਏਟ ਹੋਣਗੀਆਂ ਅੱਜ ਇਹ ਖਬਰ ਆ ਰਹੀ ਆ ਕਿ ਗੂਗਲ ਦਾ ਗਿਗਨੇਟਿਕ ਜਿਹੜਾ ਪ੍ਰੋਜੈਕਟ ਬਹੁਤ ਵੱਡਾ ਪ੍ਰੋਜੈਕਟ ਆ ਇਸ ਨੂੰ ਹੋਲਡ ਦੇ ਪਾ ਦਿੱਤਾ ਗਿਆ ਹੈ ਸੋ ਕਾਰਨ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਮੈਂ ਪਿਛਲੇ ਹਫ਼ਤਿਆਂ ਦੇ ਦੌਰਾਨ ਜਿਸ ਹਿਸਾਬ ਦੇ ਨਾਲ ਇਕਨੋਮੀ ਜਿੱਧਰ ਜਾ ਰਹੀ ਆ ਲੇਆਫ ਹੋ ਰਹੀ ਹੈਗੀ ਆ ਉਹਦਾ ਅਸਰ ਅਲਟੀਮੇਟਲੀ ਇਸ ਪ੍ਰੋਜੈਕਟ ਦੇ ਉੱਤੇ ਵੀ ਪਿਆ ਹੈ ਡਾਊਨਟਾਊਨ ਦੇ ਵਿੱਚ 80 ਏਕੜਾਂ ਚ ਸੈਨੋਜ਼ੇ ਦੇ ਡਾਊਨਟਾਊਨ ਚ ਇਹ ਪ੍ਰੋਜੈਕਟ ਬਣਿਆ ਆ ਜਿੱਥੇ 7.3 ਮਿਲੀਅਨ ਸਕਰ ਫੀਟ ਆਫ ਆਫਿਸ 4000 ਘਰਾਂ ਦੇ ਯੂਨਿਟ 50000 ਸਕਰ ਫੁੱਟ ਰੀਟੇਲ ਤੇ ਕਲਚਰਲ ਸਪੇਸ ਤੇ 15 ਏਕੜ ਦਾ ਪਾਰਕ ਸਿਟੀ ਵਾਲੇ ਕਹਿੰਦੇ ਸੀ ਵੀ 19 ਬਿਲੀਅਨ ਡਾਲਰ ਦਾ ਪ੍ਰੋਜੈਕਟ ਹੋਊਗਾ 20000 ਤੋਂ ਵੱਧ ਲੋਕ ਹਾਇਰ ਕੀਤੇ ਜਾਊਗੇ ਜਦੋਂ ਇਹ ਪ੍ਰੋਜੈਕਟ ਕੰਪਲੀਟ ਹੋ ਜਾਂਦਾ ਹੈ ਅੱਜ ਸੈਨੋਜ਼ੀ ਮਰਕਰੀ ਨਿਊਜ਼ ਨੇ ਇੱਕ ਸਟੋਰੀ ਰਨ ਕੀਤੀ ਆ ਕਿ ਖਬਰਾਂ ਹੁਣ ਇਹ ਆ ਰਹੀਆਂ ਪਈ ਜਿਹੜਾ ਗੂਗਲ ਦਾ ਚੀਫ ਕੰਟਰੈਕਟਰ ਹੈਗਾ ਉਹ ਇਸ ਟਾਈਮ ਆਊਟ ਆਫ ਵਰਕ ফর ਐਨ ਇਨਡੇਫਿਨਟ ਪੀਰੀਅਡ ਉਸਨੇ ਆਲਰੇਡੀ 60 ਦੇ ਕਰੀਬ ਜਿਹੜੇ ਉਹਦੇ EMPLOYEES ਆ ਉਹਨਾਂ ਨੂੰ ਵੀ ਜਿਹੜਾ ਲੇ ਆਫ ਕਰ ਦਿੱਤਾ ਹੈਗਾ ਆ ਅ ਦੂਜੇ ਪਾਸੇ ਗੂਗਲ ਕੁਝ ਏਰੀਆਜ਼ ਦੇ ਵਿੱਚ ਆਪਣੇ ਆਫਿਸਰਸ ਨੂੰ ਘਟਾਵ ਵੀ ਰਹੀ ਹੈਗੀ ਆ ਇਹ ਜਿਹੜਾ ਪ੍ਰੋਜੈਕਟ ਆ ਬਹੁਤ ਵੱਡਾ ਪ੍ਰੋਜੈਕਟ ਸੀ ਬੀ ਏਰੀਏ ਦਾ ਈਵਨ ਐਪਲ ਨਾਲੋਂ ਵੀ ਜੋ ਕਿ ਕੋਪਰਟਿਨੋ ਦੇ ਵਿੱਚ ਆ 4 ਸਾਲ ਗੂਗਲ ਨੇ ਕਨਵਿੰਸ ਕਰਨ ਨੂੰ ਲਾਇ ਸਿਟੀ ਆਫ ਸੈਨੋਜ਼ੇ ਦੇ ਜੋ ਕਾਉਂਸਲ ਮੈਂਬਰਸ ਆ ਬਹੁਤ ਸਾਰੀਆਂ ਉਹਨਾਂ ਨੂੰ ਕੰਸੈਸ਼ਨਸ ਦਿੱਤੀਆਂ ਬਹੁਤ ਸਾਰੇ ਲੋਕਾਂ ਨੂੰ ਮਿਲੀਅਨਸ ਆਫ ਡਾਲਰ ਜਿਹੜੇ ਟੁੱਟੇ ਘਰ ਟੁੱਟੀਆਂ ਆਟੋ ਦੀਆਂ ਸ਼ਾਪਸੀਆਂ ਉਹਨਾਂ ਨੂੰ ਖਰੀਦਣ ਦੇ ਲਈ ਦਿੱਤੇ ਇਹ ਪ੍ਰੋਜੈਕਟ 2021 ਦੇ ਵਿੱਚ ਅਪਰੂਵ ਹੋਇਆ ਸੀ ਤੇ Google ਵਾਲੇ ਇਹ ਕਹਿ ਰਹੇ ਕਿ ਸਿਟੀ ਆਫ ਸੈਨੋਜ਼ ਦੇ ਵੱਲੋਂ ਹਜੇ ਸਾਨੂੰ ਜਿਹੜੀ ਇਹ ਕਨਫਰਮੇਸ਼ਨ ਨਹੀਂ ਆਈ ਇਸ ਪ੍ਰੋਜੈਕਟ ਬਾਰੇ ਪਰ Google ਨੇ ਜਰੂਰ ਇਸ ਪ੍ਰੋਜੈਕਟ ਤੇ ਹੋਲਡ ਪਾ ਦਿੱਤਾ 20000 ਜੌਬਸ ਦੀ ਜਿਹੜੀ ਆ ਇਹਨਾਂ ਨੇ ਕਿਹਾ ਸੀਗਾ ਵੀ ਇੱਕ ਦਹਾਕੇ ਦੇ ਵਿੱਚ ਆਪਾਂ ਇੱਥੇ ਐਡ ਕਰਾਂਗੇ 4000 ਹਾਊਸਿੰਗ ਯੂਨਿਟ ਤੇ ਹੋਰ ਜਿੰਨਾ ਆਪਾਂ ਦੱਸਿਆ ਵੀ ਉਹ ਸਾਰੀਆਂ ਚੀਜ਼ਾਂ ਹੋਣੀਆਂ ਸੀਗੀਆਂ ਪਰ ਹੁਣ ਸਾਰਾ ਕੁਝ ਇਸ ਹੋਲਡ ਦੇ ਉੱਤੇ ਇਸ ਨੂੰ ਹੋਲਡ ਤੇ ਪਾਇਆ ਗਿਆ ਆ ਉਦਾਂ ਕਹਿ ਤਾਂ ਰਹੇ ਆ ਵੀ ਮਾਈਨਰ ਪਾਜ਼ ਹੈਗਾ ਤੇ ਪਰ ਸਥਿਤੀ ਜਿਹੜੀ ਇਸ ਟਾਈਮ ਦੇਖੀ ਜਾ ਰਹੀ ਆ ਇਹ ਗੂਗਲ ਉਹੀ ਕੰਪਨੀਆਂ ਜਿਨ੍ਹਾਂ ਨੇ ਕਿਹਾ ਵੀ ਇੱਕ ਮੇਜ਼ ਤੇ ਦੋ ਦੋ ਜਣੇ ਬੈਠ ਕੇ ਕੰਮ ਕਰੋ ਕਾਸਟ ਕਟਿੰਗ ਦੇ ਜਿਹੜੇ ਆ ਇਹਨਾਂ ਨੇ ਵੱਡੇ ਕਦਮ ਜਿਹੜੇ ਉਹ ਚੱਕ ਰੇ ਟ੍ਰਿਲੀਅਨ ਡਾਲਰ ਦੀ ਕੰਪਨੀ ਇਸ ਤਰੀਕੇ ਦੇ ਨਾਲ ਕਰ ਰਹੀ ਆ ਤੇ ਹੁਣ ਜਿਹੜੀ ਇਹਨਾਂ ਨੇ ਬਿਲੀਅਨਸ ਆਫ ਡਾਲਰ ਦੀ ਇਨਵੈਸਟਮੈਂਟ ਕੀਤੀ ਆ ਬੇਸਿਕਲੀ ਰੀਅਲ ਏਸਟੇਟ ਖਰੀਦ ਕੇ ਤੇ ਉਥੇ ਆਫਿਸਸ ਬਣਾਉਣ ਦੀ ਮੇਬੀ ਹੁਣ ਕੁਝ ਸਮੇਂ ਦੇ ਲਈ ਬੰਦ ਹੋ ਜੇ ਪਰ ਇਵੈਂਚੁਅਲੀ ਬਣਾਉਣਗੇ ਤਾਂ ਸਹੀ ਪਰ ਇਹ ਵੀ ਕੁਝ ਚਿਰ ਦੇ ਲਈ ਹੋਲਡ ਦੇ ਉੱਤੇ ਪੈ ਗਿਆ ਆ ਸਿਟੀ ਨੂੰ ਵੀ ਇਸ ਦੇ ਨਾਲ ਨੁਕਸਾਨ ਹੁੰਦਾ ਆ ਆ ਮੀਆਂ ਬਾਦ ਜਿਹੜਾ ਕੰਮ ਜਿਹੜਾ ਉਹ ਬਣ ਜਾਊਗਾ ਤਾਂ ਕਿਤੇ ਨਾ ਕਿਤੇ ਸਥਿਤੀ ਮਾੜੀ ਬਣ ਜਾਊ